ਸਫੈਦਿਆਂ ਨਾਲ ਬੰਨ ਕੇ ਸਾਡੇ 13 ਬੰਦੇ ਮਾਰੇ ਕਿਸੇ ਨੂੰ ਪਤਾ ਨਹੀਂ। ਮੈਂ ਕਹਿੰਦਾ ਇਹ ਚੀਜ਼ਾਂ ਲੋਕਾਂ ਦੇ ਮੂਹਰੇ ਆਉਣ, ਖੜ੍ਹੇ ਕਰਕੇ ਗੋਲੀਆਂ ਮਾਰੀਆਂ ਸੀ ਜਾਂ ਹੁੰਦੀਆਂ ਜਿਹੜੀਆਂ ਟਾਈਮ ਹੋਣ 'ਤੇ ਸ਼ੇਅਰ ਕਰੀਦੀਆਂ। ਹਰ ਵੇਲੇ ਉਹ ਚੀਜ਼ਾਂ ਨਹੀਂ ਸ਼ੇਅਰ ਕਰਦੇ। ਲੋਕ ਮੈਨੂੰ ਨਾ ਸਿੱਧੂ ਨਾਲ ਕੰਪੇਅਰ ਕੀ ਕਰ ਦਿੰਦੇ ਆ, ਜਿਸ ਆਰਟਿਸਟ ਨੇ ਇੱਕ ਆਪਣੀ ਲਿਖਤੀ ਨੂੰ ਕਾਇਮ ਰੱਖਣ ਲਈ ਆਪਣੀ ਜਾਨ ਦਿੱਤੀ ਆ, ਉਹ ਬਹੁਤ ਵੱਡਾ ਕਰੈਕਟਰ। ਮੈਂ ਉਹ ਬੰਦਾ ਆ ਜਿਹਦੇ ਯਾਰਾਂ ਨੇ ਇੱਕ ਨੇ ਜੇਬ 'ਚ ਰੋਟੀ ਚੋਰੀ ਕਰਕੇ ਲਿਆਉਣੀ, ਇੱਕ ਨੇ ਸਬਜ਼ੀ ਲੈ ਕੇ ਆਉਣੀ। ਮੈਂ ਇੰਨੀ ਜੁੱਟ ਰੱਖਦਾ ਜਿਹੜਾ ਮੇਰੇ ਟਾਰਗੇਟ 'ਚ ਆਇਆ ਮੈਂ ਸਾਹਮਣੇ ਨਾ ਲੈਂਦਾ ਗਾਣੇ। ਕਦੀ ਮੈਨੂੰ ਕਿਸੇ ਦਾ ਕੋਈ ਡਰ ਨਹੀਂ, ਪਤਾ ਪਟਾਕੇ ਪੈਣੇ ਹੀ ਆ। ਉਹ ਕੋਟਲਾ ਨਾਰ ਸਿੰਘ ਦਾ ਆ, ਉਹ ਬੰਬ ਬਣਾਉਂਦਾ ਸੀ, ਬਾਂਹ ਉੱਡ ਗਈ ਸੀ ਇੱਕ ਸਾਡੇ ਬੰਦਿਆਂ ਨਾਲ, ਉਹਨਾਂ ਨੇ ਬਹੁਤ ਜ਼ਿਆਦਾ ਟੋਰਚਰ ਕੀਤਾ। ਲੋਕ ਕਹਿੰਦੇ ਮੇਰੇ ਪਿੰਡ ਦੇ ਬੰਦੇ ਕਾਫੀ ਕਹਿ ਦੇਊਗੇ ਨਸ਼ਾ ਕੀਤਾ, ਮੈਂ ਉਹ ਬੰਦਾ ਨਸ਼ਾ ਜ਼ਰੂਰ ਕੀਤਾ ਹੋਊਗਾ, ਪਰ ਕਦੀ ਆਪਣਾ ਘਰ ਵੇਚ ਕੇ। ਸੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਗੋਪੀ ਲੌਂਗੀਆਂ ਦੇ ਪਿੰਡ ਪਹੁੰਚੇ ਹੋਇਆਂ ਅਤੇ ਉਹਨਾਂ ਦੇ ਫੈਨ ਉਹਨਾਂ ਦੇ ਨਾਲ ਫੋਟੋਆਂ ਖਿਚਾਉਂਦੇ ਹੋਏ ਨਜ਼ਰ ਆ ਰਹੇ ਨੇ, ਸਾਨੂੰ ਦੱਸ ਦਈਏ ਕਿ ਇਹ ਜਿੱਥੇ ਸ਼ੂਟ ਚੱਲ ਰਿਹਾ ਇਹ ਗੋਪੀ ਲੌਂਗੀਆਂ ਜੀ ਦਾ ਪਿੰਡ ਹੈ ਮੁਰਾਦਪੁਰ। ਸੋ ਗੋਪੀ ਲੌਂਗੀਆਂ ਜੀ ਕੀ ਕਹਿਣਾ ਚਾਹੋਗੇ ਫਿਰ ਪਿੰਡ 'ਚ ਆਪਾਂ ਆਏ ਹੋਏ ਹਾਂ, ਬੜਾ ਚੰਗਾ ਲੱਗ ਰਿਹਾ। ਆਪਣੇ ਪਿੰਡ 'ਚ ਸ਼ੂਟ ਚੱਲਦਾ ਅਤੇ ਆਹ ਭੇਸ ਵੀ ਮੇਰਾ ਪਿੰਡ ਵਾਲਾ ਹੀ ਆ, ਇੱਦਾਂ ਅਸੀਂ ਪਿੰਡ 'ਚ ਰਹਿੰਦੇ ਹਾਂ, ਸਾਰੇ ਮਿਲ ਜੁਲ ਕੇ ਨਾ ਮੇਰਾ ਪਿੰਡ ਵਾ ਸਾਰਾ, ਅਤੇ ਵਧੀਆ ਲੱਗ ਰਿਹਾ। ਬਹੁਤ ਦੇਰ ਦਾ ਖਾਬ ਸੀ ਕਿ ਮੈਂ ਆਪਣੇ ਪਿੰਡ 'ਤੇ ਗਾਣਾ ਬਣਾਵਾਂ, ਸੋ ਬਣਾ ਦਿੱਤਾ। ਹੁਣ ਬੜੇ ਹਥਿਆਰ ਹਥੂਰ ਚੱਕੇ ਹੋਏ ਨੇ, ਉੱਚੇ ਟਾਇਰਾਂ ਵਾਲੀਆਂ ਗੱਡੀਆਂ ਰੱਖੀਆਂ ਹੋਈਆਂ ਨੇ ਅਤੇ ਮੁਰਗੇ ਵਗੈਰਾ ਰੱਖੇ ਹੋਏ ਨੇ, ਯਾਨੀ ਕਿੱਦਾਂ ਦਾ ਗੀਤ ਬਣਨ ਵਾਲਾ? ਗੀਤ ਥੋੜ੍ਹਾ ਗੈਂਗਸਟਰ ਆ, ਹੈ ਨਾ, ਅਣਖ ਦਿਖਾਈ ਹੋਈ ਆ ਪਿੰਡ ਦੀ, ਵੈਸੇ ਸਾਡੇ ਇੱਥੇ ਅਣਖੀ ਲੋਕ ਰਹਿੰਦੇ ਆ, ਲੋਕਾਂ ਨੂੰ ਬਹੁਤ ਦੂਰ ਦੂਰ ਤੱਕ ਪਤਾ ਨਹੀਂ ਹੋਣਾ ਕਿ ਇੱਕ ਮੁਰਾਦਪੁਰ ਪਿੰਡ ਵਾ ਜਿੱਥੇ ਇੰਨੇ ਅਣਖੀ ਲੋਕ ਰਹਿੰਦੇ ਆ, ਜਵਾਨ ਦੇ ਪੱਕੇ ਆ। ਫਿਰ ਮੁਰਾਦਪੁਰ ਗੁਰੂ ਕਾ, ਹੈ ਨਾ, ਇੱਕ ਨਰਿਆਲਾ ਵੀ ਇਹ ਪਿੰਡ ਮੁਰਾਦਪੁਰ ਗੁਰੂ ਕਾ ਆ, ਅਤੇ ਇੱਥੇ ਬਹੁਤ ਅਣਖੀ ਲੋਕ ਰਹਿੰਦੇ ਆ, ਅਤੇ ਮਤਲਬ ਕਿ ਜਵਾਨ ਦੇ ਪੱਕੇ, ਪੇਂਡੂ ਕਲਚਰ, ਹੈ ਨਾ। ਇਹ ਮਤਲਬ ਕਿ ਆਪਣੇ ਉੱਤੇ ਗੀਤ ਬਣਾਇਆ ਗਿਆ, ਜਿੱਦਾਂ ਕਹਿੰਦਾ ਜਿੱਥੇ ਮੋਢਿਆਂ ਤੋਂ ਲਾਏ ਜਾਂਦੇ ਸਿਰ ਮੇਰੇ ਪਿੰਡ, ਜਿੱਥੇ ਨਾਂ ਪਿੱਛੇ ਲਾਇਆ ਜਾਂਦਾ ਸਿੰਘ ਮੇਰੇ ਪਿੰਡ, ਜਿੱਥੇ ਬੱਚਾ ਬੱਚਾ ਰੱਖਦਾ ਦ ਨਾਲ ਮੇਰੇ ਪਿੰਡ, ਜਿਹੜੇ ਪੀ ਕੀ ਉੱਤੇ ਰੱਖਦੇ ਆ ਹਿੰਡ ਮੇਰੇ ਪਿੰਡ। ਗੋਪੀ ਭਾਅ ਜੀ, ਜਿਸ ਤਰੀਕੇ ਦੇ ਨਾਲ ਸਰਕਾਰਾਂ ਨੇ ਹਥਿਆਰ ਬੈਨ ਕੀਤੇ ਹੋਏ ਆ, ਗੀਤਾਂ ਦੇ ਵਿੱਚ ਬੈਨ ਕੀਤੇ ਹੋਏ ਆ, ਯਾਨੀ ਇੱਥੇ ਦਾ ਜੋ ਮਾਹੌਲ ਬਣਿਆ ਹੋਇਆ ਉਹ ਪੂਰਾ ਗੈਂਗਸਟਰ ਟਾਈਪ ਬਣਿਆ ਹੋਇਆ, ਯਾਨੀ ਹਥਿਆਰਾਂ ਦੇ ਨਾਲ, ਹੈ ਨਾ। ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਟਾਈਮ ਗੀਤ ਹਿਸਾਬ ਨਾਲ, ਤੁਹਾਨੂੰ ਇਹਦੀ ਸ਼ਾਇਦ ਘੱਟ ਨੌਲੇਜ ਆ, ਉਹ ਹੈ ਨਾ 4 ਮਹੀਨੇ ਵਾਸਤੇ ਬੈਨ ਹੋਏ ਸੀਗੇ, ਠੀਕ ਆ, ਅਤੇ ਉਹ ਖਤਮ ਹੋ ਗਿਆ। ਉਸ ਤੋਂ ਬਾਅਦ ਕਿੰਨੀਆਂ ਗੈਂਗਸਟਰ ਫਿਲਮਾਂ ਆਈਆਂ, ਉਹਦਾ ਬੋਬੀ ਦਿਓਲ ਦੀ ਇੰਨੀ ਆਪਣੀ ਫਿਲਮ ਆਈ ਐਨੀਮਲ, ਕਿੰਨਾ ਹਥਿਆਰ ਅਤੇ ਕਿੱਦਾਂ ਦੇ ਡਾਇਲੋਗ ਯੂਜ਼ ਕੀਤੇ, ਹੈ ਨਾ। ਇਹ ਕੋਈ ਗੱਲ ਨਹੀਂ, ਸਾਡਾ ਕੰਮ ਆ ਇੱਕ ਆਰਟਿਸਟ ਆ, ਵਿੱਚ ਜੇ ਕਰੈਕਟਰ ਹੋਇਆ ਕੋਈ ਅਣਖੜਾ, ਉੱਥੇ ਗਾਣੇ ਦੀ ਲੋੜ ਹੁੰਦੀ ਆ, ਇਹ ਨਹੀਂ, ਇਹ ਪ੍ਰੋਬਲਮ ਨਹੀਂ। ਇਹ 4 ਮਹੀਨੇ ਵਾਸਤੇ ਬੈਨ ਕੀਤੇ ਸੀਗੇ ਮੇਰੇ, ਉੱਦਾਂ ਵੀ ਪੰਜਾਬ 'ਚ ਗੀਤ ਬੈਨ ਹੁੰਦੇ ਰਹਿੰਦੇ ਆ, ਤੁਹਾਨੂੰ ਪਤਾ ਬਾਰ ਪੰਜਾਬ ਦੀ ਤੁਸੀਂ ਪਿਛਲੀ ਵਾਰੀ ਮੇਰੀ ਇੰਟਰਵਿਊ ਕੀਤੀ ਸੀ, ਹੈ ਨਾ, ਸਾਰੀ ਦੁਨੀਆ ਸ਼ਾਇਦ ਤੁਹਾਡਾ ਚਿਹਰਾ ਯਾਦ ਹੋਣਾ ਵੀ ਇਹ ਬੰਦੇ ਨੇ ਮੇਰੀ ਬਾਰ ਦੀ ਇੰਟਰਵਿਊ। ਗਾਣਾ ਮੇਰਾ ਬੈਨ ਹੋਇਆ, ਮੈਨੂੰ ਦੁੱਖ ਥੋੜ੍ਹੀ ਹੋਇਆ ਵੀ ਗਾਣਾ ਬੈਨ ਹੋਇਆ, ਮੈਨੂੰ ਇਹ ਪਤਾ ਲੱਗ ਗਿਆ ਕਿ ਮੈਂ ਨਿਗਾਹ 'ਚ ਆ ਗਿਆ। ਬੈਨ ਤਾਂ ਚੀਜ਼ ਤਾਂ ਬੈਨ ਹੁੰਦੀ ਆ ਜੇ ਚੱਲਦੀ ਆ, ਜੇ ਚੀਜ਼ ਫਲੋਪ ਆ ਉਹ ਕਿਸੇ ਯੂਟਿਊਬ ਦੇ ਕੋਨੇ 'ਤੇ ਪੈ ਜਾਂਦੀ ਆ। ਬੈਨ ਉਹ ਚੀਜ਼ ਹੁੰਦੀ ਆ ਜਿਹੜੀ ਲੋਕ ਸੁਣ ਰਹੇ ਆ, ਜਿਹਦੇ ਉੱਤੇ ਅਮਲ ਕਰ ਰਹੇ ਆ। ਸਰਕਾਰਾਂ ਨੂੰ ਇਸ ਚੀਜ਼ ਦਾ ਡਰ ਹੁੰਦਾ ਵੀ ਕਿਤੇ ਗਾਣੇ ਨੂੰ ਸੁਣ ਕੇ ਉਹ ਮਾਹੌਲ ਨਾ ਕਰ ਦੇਣ, ਹੈ ਨਾ। ਬਸ ਇਹੀ ਚੀਜ਼ਾਂ ਮੈਂ ਤੁਹਾਨੂੰ ਇਹ ਦੱਸਦਾ। ਤੁਹਾਨੂੰ ਕੀ ਲੱਗਦਾ ਕਿ ਗੀਤ ਜਿੱਦਾਂ ਦੇ ਬਣਦੇ ਆ, ਤੁਸੀਂ ਤਾਂ ਹਮੇਸ਼ਾ ਹੀ ਹੱਕ ਦੇ ਲਈ ਗੱਲ ਕਰਦੇ ਹੋ, ਪੰਜਾਬ ਦੇ ਨੌਜਵਾਨਾਂ ਨੂੰ ਯਾਨੀ ਜਗਾਉਂਦੇ ਹੋ, ਪਰ ਜਿਸ ਤਰੀਕੇ ਦੇ ਨਾਲ ਯਾਨੀ ਮਾਹੌਲ ਲੱਗ ਰਿਹਾ, ਕਿੱਦਾਂ ਦਾ ਗੀਤ ਰਹੇਗਾ? ਕਿਉਂਕਿ
ਬਹੁਤ ਸਾਰੇ ਲੋਕ ਇਹ ਵੀ ਗੱਲਾਂ ਕਰਦੇ ਨੇ, ਕਹਿੰਦੇ ਕਿ ਜਿਸ ਟਾਈਮ ਹਥਿਆਰਾਂ ਵਾਲੇ ਗੀਤ ਚੱਲਦੇ ਨੇ ਤਾਂ ਉਸ ਟਾਈਮ ਇਹ ਨੌਜਵਾਨ ਸ਼ਾਇਦ ਗਲਤ ਰਾਹ 'ਤੇ ਪੈ ਜਾਂਦੇ, ਪਰ ਤੁਸੀਂ ਤਾਂ ਹਮੇਸ਼ਾ ਹੀ ਚੰਗੇ ਰਾਹ 'ਤੇ ਪਾਉਣ ਵਾਲੇ। ਗਲਤ ਗਾਣਾ ਸੁਣ ਕੇ ਬੱਚੇ ਗਲਤ ਰਾਹ 'ਤੇ ਪੈ ਜਾਂਦੇ ਆ ਨਾ, ਗੈਂਗਸਟਰ ਗਾਣਾ ਸੁਣ ਕੇ। ਫਿਰ ਜਾਂ ਸਾਡੇ ਚੰਗੇ ਗਾਣੇ ਸੁਣ ਕੇ ਲੋਕ ਚੰਗੇ ਕੰਮ 'ਤੇ ਕਿਉਂ ਨਹੀਂ ਪੈਂਦੇ? ਜੇ ਸਾਡਾ ਮਾੜਾ ਗੈਂਗਸਟਰ ਗਾਣਾ ਸੁਣ ਕੇ ਕੋਈ ਗੈਂਗਸਟਰ ਬਣ ਗਿਆ, ਦੋ ਮਿੰਟ ਲਈ ਮੈਂ ਮੰਨ ਲੈਂਦਾ। ਸਾਡੇ ਚੰਗੇ ਗਾਣੇ ਸੁਣ ਕੇ ਕੋਈ ਸਾਧੂ ਕਿਉਂ ਨਹੀਂ ਬਣਦਾ, ਸਾਫ਼ ਸੁਥਰਾ ਇਨਸਾਨ ਕਿਉਂ ਨਹੀਂ ਬਣਦਾ? ਗਾਣਿਆਂ ਦਾ ਕੋਈ ਅਸਰ ਨਹੀਂ, ਗਾਣੇ ਇੱਕ ਇੰਟਰਟੇਨਮੈਂਟ ਹੁੰਦਾ, ਆਪਾਂ ਉਹਨੂੰ ਪਰਸਨਲੀ ਨਹੀਂ ਲੈਣਾ। ਮੇਰਾ ਇਹ ਕਹਿਣਾ ਆ, ਗਾਣੇ ਨੂੰ ਗਾਣੇ ਤੱਕ ਰੱਖੋ। ਪਰ ਬਹੁਤ ਸਾਰੇ ਲੋਕ ਪਰਸਨਲੀ ਲੈ ਜਾਂਦੇ ਨੇ ਕਿ ਸ਼ਾਇਦ ਉਹ ਗੀਤ ਸਾਡੇ ਲਈ ਇਹ ਬਣਿਆ ਹੋਇਆ, ਸੋ ਅਸੀਂ ਹੀ ਮੰਨ ਲਓ ਕਿ ਅਸੀਂ ਜਿੱਦਾਂ ਕਿ ਗੈਂਗਵਾਰ ਬਣਾ ਰਹੇ ਹਾਂ, ਹੈ ਨਾ ਜੀ, ਅਸੀਂ ਇਹ ਇੱਦਾਂ ਚੱਲ ਰਹੇ ਹਾਂ, ਯਾਨੀ ਸਿਰਫ ਆਪਣੇ 'ਤੇ ਹੀ ਜਿਹੜੇ ਨੌਜਵਾਨ ਹੁੰਦੇ ਨੇ ਆਪਣੇ 'ਤੇ ਹੀ ਢਾਲ ਲੈਂਦੇ ਨੇ। ਇਹ ਪਿੰਡ 'ਚ ਕੋਈ ਗੈਂਗਵਾਰੀ ਇੱਦਾਂ ਦੀ ਚੀਜ਼ ਨਹੀਂ ਆ, ਸਾਡਾ ਪਿੰਡ ਇੱਕ ਅਣਖੀਆਂ ਦਾ ਪਿੰਡ ਵਾ, ਸਾਡੇ ਪਿੰਡ 'ਚ ਬਹੁਤ ਯੋਧੇ ਹੋਏ ਆ। ਇਸ ਮੁਰਾਦਪੁਰ ਨੇ ਬਹੁਤ 84 ਦੇ ਟਾਈਮ 'ਚ ਬਹੁਤ ਦੁੱਖ ਝੱਲੇ ਆ। ਇਸ ਪਿੰਡ ਦਾ ਕਿਸੇ ਨੂੰ ਇਤਿਹਾਸ ਨਹੀਂ ਪਤਾ, ਠੀਕ ਆ। ਸਾਡਾ ਨਾਲ ਕੋਟਲਾ ਨਰਸਿੰਘ ਆ, ਮੈਂ ਜਿੱਥੇ ਨੇ ਟੁੰਡੀ ਲਾਟ ਦਾ ਇਲਾਕਾ, ਮਤਲਬ ਕਿ ਜੇ ਮੈਂ ਗਾਣੇ 'ਚ ਟੁੰਡੀ ਲਾਟ ਦਾ ਨਾਂ ਲੈਂਦਾ ਹੁੰਦਾ, ਉਹ ਕੋਟਲਾ ਨਰਸਿੰਘ ਦਾ ਆ। ਉਹ ਬੰਬ ਬਣਾਉਂਦਾ ਸੀ, ਮਤਲਬ ਕਿ ਆਜ਼ਾਦੀ ਦੇ ਵਿੱਚ ਉਹਦਾ ਬਹੁਤ ਜ਼ਿਆਦਾ ਰੋਲ ਸੀਗਾ, ਸਮਝੇ। ਹੱਥ ਨਾਲ ਬਾਂਹ ਉੱਡ ਗਈ ਸੀ ਇੱਕ, ਸਾਡੇ ਪਿੰਡ 'ਚ ਕੋਪ ਨਾਲ ਲੂਏ ਗਏ ਮੁਸਲਮਾਨ ਕੋਪਾਂ 'ਚ, ਅਤੇ ਸਾਡੇ ਬੰਦਿਆਂ ਨਾਲ ਉਹਨਾਂ ਨੇ ਬਹੁਤ ਜ਼ਿਆਦਾ ਟੋਰਚਰ ਕੀਤਾ ਸੀ, ਅਤੇ ਪੁਰਾਣਾ ਇਤਿਹਾਸ ਆ ਪਿੰਡ ਦਾ। ਇਸ ਮੁਰਾਦਪੁਰ ਨੇ 84 ਦੇ ਟਾਈਮ 'ਚ ਬਹੁਤ ਜ਼ਿਆਦਾ ਦੁੱਖ ਝੱਲੇ ਆ, ਠੀਕ ਆ। ਅਤੇ ਮੈਂ ਉਹ ਤੁਹਾਡੇ ਨਾਲ ਗੱਲ ਕਰਦਾ ਕਿ ਹੈ ਬਿਲਕੁਲ ਭੇਖਵਾਲ ਇੱਥੇ ਅੱਡਾ ਪੈਂਦਾ, ਸਫੈਦਿਆਂ ਨਾਲ ਬੰਨ ਕੇ ਸਾਡੇ 13 ਬੰਦੇ ਮਾਰੇ, ਸਾਡੇ ਚਾਚੇ ਤਾਏ 13 ਬੰਦੇ ਮਾਰੇ, ਮਤਲਬ ਕਿ ਪਿੰਡੋਂ ਭੇਖਵਾਲੋਂ ਪਿੰਡ ਨੂੰ ਆਉਣਾ ਸੀ, ਬੱਸ 'ਚੋਂ ਉਤਰੇ ਸੀਗੇ, ਹਰਿਆਣਿਓਂ ਆਏ ਸੀ ਨਾ ਅਰੇ ਹਾਂ ਕੰਮ ਤੋਂ ਆਏ ਸੀਗੇ, ਅਤੇ ਉਹ ਬੰਦੇ ਹੈ ਨਾ 12 ਬੰਦਿਆਂ ਦੇ ਖੜ੍ਹੇ ਕਰਕੇ ਗੋਲੀਆਂ ਮਾਰੀਆਂ ਸੀ ਸਫੈਦਿਆਂ ਨਾਲ ਬੰਨ ਕੇ, ਉਹ ਸਾਡੇ ਚਾਚੇ ਤਾਏ ਸੀਗੇ। ਮੈਂ 84 ਦੇ ਦੌਰ ਦੀ ਮੈਂ 84 ਦਾ ਨਾਂ ਕਿਉਂ ਗਾਣਿਆਂ 'ਚ ਲੈਂਦਾ? ਅਸੀਂ ਆਪਣੇ ਗਵਾਏ ਆ, ਅਸੀਂ ਆਪਣੇ ਸਕੇ ਇਸ ਪਿੰਡ 'ਚੋਂ ਗਵਾਏ ਆ, ਠੀਕ ਆ। ਮੈਂ ਚਾਹੁੰਦਾ ਵੀ ਇਹ ਪਿੰਡ ਲੁਕਿਆ ਨਾ ਰਹੇ, ਇਹਦੇ ਬਾਰੇ ਦੁਨੀਆ ਜਾਣੇ ਵੀ ਮੁਰਾਦਪੁਰ ਇੱਕ ਪਿੰਡ ਵਾ। ਜਿਵੇਂ ਮਿਰਜ਼ਾਪੁਰ ਫਿਲਮ ਨਹੀਂ ਸੀ, ਮਿਰਜ਼ਾਪੁਰ ਫਿਲਮ ਦੇਖੀ ਸੀ, ਉਹੀ ਕਿਰਦਾਰ ਵਾ ਇੱਥੇ ਇਹ ਪਿੰਡ ਦਾ। ਤੁਹਾਡੀਆਂ ਅੱਖਾਂ ਦੇ ਵਿੱਚ ਨਵੀਂ ਕਿਉਂ ਕਿ ਉਹਨਾਂ ਨੂੰ ਯਾਦ ਕਰਕੇ ਆਪਾਂ, ਯਾਨੀ ਜਿੱਦਾਂ ਕਿ ਬਜ਼ੁਰਗਾਂ, ਹਾਂ ਅਸੀਂ ਆਪਣੇ ਦਾਦੇ ਚਾਚੇ ਗਵਾਏ ਆ। ਇਹ ਪਿੰਡ ਨੇ ਬਹੁਤ ਜ਼ਿਆਦਾ ਖੂਨੀ ਖੇਲ ਝੱਲਿਆ ਆ, ਕਿਸੇ ਨੂੰ ਪਤਾ ਨਹੀਂ। ਮੈਂ ਕਹਿੰਦਾ ਇਹ ਚੀਜ਼ਾਂ ਲੋਕਾਂ ਦੇ ਮੂਹਰੇ ਆਉਣ ਵੀ ਅਸੀਂ ਗਵਾਏ ਸੀ 13 ਬੰਦੇ, ਸਾਡੇ ਚਾਚੇ ਤਾਏ ਸੀਗੇ, ਕੋਈ ਜੱਟ ਸੀਗਾ, ਕੋਈ ਸੈਣੀ ਸੀਗਾ, ਠੀਕ ਆ। ਜ਼ਿਕਰ ਤਾਂ ਕੀਤਾ ਨਹੀਂ ਹੈਗਾ ਇਹਨਾਂ ਗੱਲਾਂ, ਜ਼ਿਕਰ ਅੱਜ ਤੁਸੀਂ ਮੇਰੇ ਪਿੰਡ ਆਏ ਆ, ਕਿਉਂਕਿ ਚੰਡੀਗੜ੍ਹ 'ਚ ਰਹਿੰਦਾ, ਚੰਡੀਗੜ੍ਹ ਵਾਲਾ ਥੋਟ ਕਈ ਵਾਰੀ ਦਿਮਾਗ 'ਚ ਹੁੰਦਾ ਨਾ, ਅੱਜ ਮੇਰੇ ਪਿੰਡ ਵਾ ਤੁਸੀਂ, ਅਤੇ ਅੱਜ ਮੈਂ ਤੁਹਾਡੇ ਨਾਲ ਇਹ ਸ਼ੇਅਰ ਕੀਤੀ ਆ ਗੱਲ। ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਟਾਈਮ ਆਉਣ 'ਤੇ ਸ਼ੇਅਰ ਕਰੀਦੀਆਂ, ਹਰ ਵੇਲੇ ਉਹ ਚੀਜ਼ਾਂ ਨਹੀਂ ਸ਼ੇਅਰ ਕਰਦੇ। ਗੱਲ ਸਹੀ ਹੈ, ਕਈ ਵਾਰੀ ਇੱਦਾਂ ਹੁੰਦਾ ਕਿ ਜਿੱਦਾਂ ਦਾ ਮਾਹੌਲ ਹੈ ਉੱਦਾਂ ਦੀਆਂ ਗੱਲਾਂ ਹੁੰਦੀਆਂ ਨੇ। ਅੱਜ ਪਿੰਡ 'ਚ ਖੜ੍ਹੇ ਹਾਂ, ਸੋ ਬਹੁਤ ਵਧੀਆ ਲੱਗ ਰਿਹਾ। ਸੋ ਜਿੱਦਾਂ ਪਿੰਡ ਦਾ ਮਾਹੌਲ ਹੈ, ਕਿੱਦਾਂ ਦਾ ਲੱਗਦਾ ਕਿ ਉਸ ਦੌਰ ਤੋਂ ਨਿਕਲ ਕੇ ਅੱਜ ਤੁਸੀਂ ਚੰਗੇ ਸ਼ਹਿਰ ਦੇ ਵਿੱਚ ਬੈਠ ਗਏ ਹੋ, ਇੱਕ ਗਰੀਬੀ ਦੌਰ ਦੇ ਵਿੱਚ ਨਿਕਲ ਕੇ ਤੁਸੀਂ ਇੱਥੇ ਤੱਕ ਉਸ ਰੱਬ ਨੇ ਪਹੁੰਚਾਇਆ ਤੁਹਾਨੂੰ? ਅੱਜ ਜਿੱਦਾਂ ਪਿੰਡ ਦੀ ਗੱਲ ਕਰ ਲਈਏ, ਇਲਾਕੇ ਦੀ ਗੱਲ ਕਰ ਲਈਏ, ਪੰਜਾਬ ਦੀ ਗੱਲ ਕਰ ਲਈਏ, ਹਿੰਦੁਸਤਾਨ ਦੀ ਗੱਲ ਕਰ ਲਈਏ, ਯਾਨੀ ਸਾਰਿਆਂ ਤੁਹਾਡੇ ਚਿਹਰੇ ਨੂੰ ਜਾਣਦੇ, ਤੁਹਾਡੇ ਨਾਂ ਨੂੰ ਜਾਣਦੇ। ਮੈਂ ਹਿੱਟ ਹੋਇਆ ਇੱਥੇ, ਮੇਰੀਆਂ ਮਾਵਾਂ ਭੈਣਾਂ ਦਾ ਮੇਰੇ 'ਤੇ ਸਿਰ 'ਤੇ ਬਹੁਤ ਜ਼ਿਆਦਾ ਉਪਕਾਰ। ਮੈਂ ਕਹਿੰਦਾ ਮੇਰੇ ਪਿੰਡ 'ਚ ਕੋਈ ਵੀ ਗਰੀਬ ਘਰ ਵਾ, ਚਲੋ ਆਪਾਂ ਵੀ ਗਰੀਬ ਘਰੋਂ ਹੀ ਸੀ,
ਕਿਸੇ ਵੀ ਕੁੜੀ ਦਾ ਵਿਆਹ ਹੁੰਦਾ ਮੈਨੂੰ ਮਿਲਣਾ ਪਹਿਲਾਂ ਵੀ ਗੋਪੀ ਆਹ ਧੀ ਦਾ ਵਿਆਹ ਹੁੰਦਾ ਤੂੰ ਕੀ ਕਰ ਸਕਦਾ। ਮੈਂ ਕਹਿੰਦਾ ਵੀ ਮੇਰੇ ਨਾਲ ਬਹੁਤ ਜ਼ਿਆਦਾ ਇੰਡਸਟਰੀ, ਇੱਕ ਪੂਰੀ ਇੰਡਸਟਰੀ ਇੱਕ ਪਾਸੇ ਆ, ਲੌਂਗੀਏ ਦੀ ਟੀਮ ਇੱਕ ਪਾਸੇ ਆ, ਮਤਲਬ ਕਿ ਮੈਂ ਕੰਟੀ ਕਰ ਦਿੱਤੀ ਆ। ਅੱਧੇ ਆਰਟਿਸਟ ਡਰਦੇ ਮੇਰੀ ਕਲੈਬਲੇਸ਼ਨ ਨਹੀਂ ਲੈਂਦੇ, ਉਹਨੂੰ ਪਤਾ ਵੀ ਕਿੱਥੇ ਕੀ ਹੋ ਜਾਣਾ ਹੈ ਨਾ, ਅਤੇ ਥੋੜ੍ਹਾ ਕੌੜਾ ਲਿਖਦਾ ਮੈਂ ਇਸ ਕਰਕੇ ਨਹੀਂ, ਯਾਨੀ ਤੁਹਾਡੇ ਨਾਲ ਕੰਮ ਕਰਦੇ ਕਿ ਤੁਸੀਂ ਕੌੜਾ ਬੋਲਦੇ ਹੋ। ਲੋਕ ਮੈਨੂੰ ਨਾ ਸਿੱਧੂ ਨਾਲ ਕੰਪੇਅਰ ਕੀ ਕਰ ਦਿੰਦੇ ਆ ਵੀ ਸਿੱਧੂ ਬਹੁਤ ਵੱਡਾ ਕਰੈਕਟਰ ਵਾ, ਜਿਸ ਆਰਟਿਸਟ ਨੇ ਇੱਕ ਆਪਣੀ ਲਿਖਤੀ ਨੂੰ ਕਾਇਮ ਰੱਖਣ ਲਈ ਆਪਣੀ ਜਾਨ ਦਿੱਤੀ ਆ ਉਹ ਬਹੁਤ ਵੱਡਾ ਕਰੈਕਟਰ ਆ, ਹੈ ਨਾ। ਅਸੀਂ ਹਾਲੇ ਜੀਂਦੇ ਹਾਂ, ਹੈ ਸਾਡੇ ਕੋਈ ਇੱਦਾਂ ਦੇ, ਚਲੋ ਹੁੰਦੀਆਂ ਵਾਰਦਾਤਾਂ ਅੱਗੇ ਪਿੱਛੇ ਹੁੰਦੀਆਂ ਰਹਿੰਦੀਆਂ, ਬਥੇਰੀਆਂ ਹੁੰਦੀਆਂ ਨਾ, ਪਿਛਲੀ ਇੰਟਰਵਿਊ 'ਚ ਦੱਸਿਆ ਜੀ। ਅਤੇ ਮਸਲਾ ਇਹ ਆ ਵੀ ਮੈਂ ਆਪਣਾ ਪਿੰਡ ਨੂੰ ਮੂਹਰੇ ਰੱਖਣਾ ਚਾਹੁੰਦਾ ਵੀ ਮੇਰਾ ਜੇ ਕਿਸੇ ਦਿਨ ਇੱਦਾਂ ਦਾ ਦਿਨ ਆਵੇ ਕਿ ਮੈਂ ਆਪਣੇ ਪਿੰਡ ਦੀਆਂ ਗਲੀਆਂ ਆਪ ਤੱਕ ਮੈਨੂੰ ਇਹ ਸਰਕਾਰਾਂ ਦੀ ਲੋੜ ਹੀ ਨਾ ਪਵੇ, ਮੈਂ ਪਿੰਡ ਦੀਆਂ ਗਲੀਆਂ ਤੱਕ, ਪਿੰਡ ਦੀਆਂ ਲਾਈਟਾਂ ਤੱਕ ਮੈਂ ਖੁਦ ਲਵਾਵਾਂ, ਹੈ ਨਾ। ਮੈਨੂੰ ਕਿਸੇ ਦੀ ਜੇ ਮੇਰੀ, ਮੈਂ ਉਹ ਪੋਜੀਸ਼ਨ 'ਤੇ ਆ ਗਿਆ, ਠੀਕ ਆ, ਮੇਰੇ ਪਿੰਡ 'ਚ ਕਈ ਹੋਣਗੇ ਮੇਰੇ ਤੋਂ ਨਫ਼ਰਤ ਕਰਦੇ, ਉਹਨਾਂ ਨਫ਼ਰਤ ਵੱਟੇ ਨਫ਼ਰਤ ਨਹੀਂ ਦੇਣੀ, ਹੈ ਨਾ, ਉਹਨਾਂ ਦਾ ਸਿਰ ਝੁੱਕੇ ਵੀ ਸਾਡਾ ਬੰਦਾ ਸੀ। ਮੈਂ ਇਹ ਕਹਿੰਦਾ ਵੀ ਮਰਨੇ ਤੋਂ ਬਾਅਦ ਨਾ ਮੈਨੂੰ ਪੂਜਿਓ ਜਾਂ ਉਹ ਕੀ ਚੀਜ਼ ਕਰਿਓ, ਮੈਂ ਅੱਜ ਜੀਂਦਾ ਹਾਂ ਤੁਹਾਡੇ ਕੋਲ ਆ, ਹੈ ਨਾ, ਅਤੇ ਤੁਸੀਂ ਹੁਣੇ ਹੀ ਸਮਝਣ ਦੀ ਕੋਸ਼ਿਸ਼ ਕਰੋ, ਆਪਾਂ ਇਕੱਠੇ ਰਹਿ ਸਕਦੇ, ਬਹੁਤ ਇੰਜੋਏ ਕਰ ਸਕਦੇ ਹਾਂ। ਤੁਹਾਡੇ ਘਰ ਧੀ ਦਾ ਵਿਆਹ ਆ, ਮੈਨੂੰ ਸੱਦੋ, ਮੇਰੇ ਪਿੰਡ 'ਚ ਕਿਸੇ ਵੀ ਕੁੜੀ ਦਾ ਵਿਆਹ ਹੋਵੇ, ਚਾਹੇ ਮੇਰਾ 10 ਲੱਖ, ਹੁਣ ਮੈਂ 1.5 ਤੋਂ 2 ਲੱਖ ਮੈਂ ਸ਼ੋਅ ਦਾ ਲੈਂਦਾ, ਮੇਰੇ ਪਿੰਡ 'ਚ ਕਿਸੇ ਕੁੜੀ ਦਾ ਵਿਆਹ ਹੋਵੇ ਫ੍ਰੀ ਆਊਂਗਾ, ਠੀਕ ਆ, ਅਤੇ ਸ਼ਗਨ ਵੀ ਮੋਟਾ ਦੇ ਕੇ ਜਾਊਂਗਾ, ਠੀਕ ਆ। ਮੇਰਾ ਇਹ ਖਾਬ ਆ, ਮੇਰੀ ਇੱਕ ਜਿਹੜੀ ਪੋਜੀਸ਼ਨ ਵਾ ਉਹ ਮੈਂ ਕਾਇਮ ਹਾਸਲ ਕਰਨ ਨੂੰ ਚਾਹੁੰਦਾ। ਹਾਲੇ ਨਾ ਮੈਂ ਟੌਪ 'ਤੇ ਆਇਆ, ਨਾ ਮੈਂ ਗਿਰਿਆ, ਗਾਣੇ ਮੇਰੇ ਚੱਲਦੇ, ਪਰ ਮੈਂ ਸੈਂਟਰ 'ਚ ਆ ਕੇ ਟਿਕ ਗਿਆ। ਮੈਂ ਚਾਹੁੰਦਾ ਵੀ ਮੇਰੇ ਪਿੰਡ ਦੀਆਂ ਜਿੰਨੀਆਂ ਕੁੜੀਆਂ ਵਿਆਹ ਹੁੰਦੀਆਂ ਮੇਰੇ ਕੋਲ ਆਉਣ, ਹੈ ਨਾ, ਅਤੇ ਜਿੰਨਾ ਮੇਰੇ ਕੋਲ ਘਰ ਹੁੰਦਾ ਮੈਂ ਕਰੂੰਗਾ। ਇੱਕ ਟਾਈਮ ਇੱਦਾਂ ਦਾ ਵੀ ਆਊਗਾ ਕਿ ਮੈਂ ਪਿੰਡ ਦੀਆਂ ਗਲੀਆਂ ਖੁਦ ਬਣਾਊਂਗਾ। ਮੈਂ ਇੱਕ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਇੱਥੇ ਇਸ ਦੁਨੀਆਂ 'ਤੇ ਮੇਰੇ ਨਾਂ ਦੀਆਂ ਕਿਤਾਬਾਂ ਛਪਣੀਆਂ, ਮੈਂ ਹਰੇਕ ਤੁਹਾਨੂੰ ਇੰਟਰਵਿਊ 'ਚ ਦੱਸਦਾ ਹੁੰਦਾ, ਹੈ ਨਾ। ਮੇਰੀਆਂ ਇੱਕ ਟਾਈਮ ਇੱਦਾਂ ਦਾ ਆਉਣਾ ਵੀ ਮੇਰੀਆਂ ਕਿਤਾਬਾਂ ਛਪਣੀਆਂ, ਮੇਰੇ ਨਾਂ 'ਤੇ ਸਟੋਰੀਆਂ ਬਣੂਗੀਆਂ, ਮੇਰੇ ਨਾਂ 'ਤੇ ਫਿਲਮਾਂ ਬਣੂਗੀਆਂ, ਹੈ ਨਾ। ਸੰਘਰਸ਼ ਇੱਕ ਕਹਿੰਦੇ ਹੁੰਦੇ ਆ, ਫੈਮਿਲੀ ਡੋਨ ਆ, ਡੋਨ ਟੂ ਅਰਥ ਆ। ਇੱਕ ਉਹ ਹੁੰਦਾ ਜਿਹੜਾ ਇੱਦਾਂ ਖੇਤਾਂ 'ਚ ਹੀ ਪਲਿਆ ਹੁੰਦਾ, ਕਦੀ ਕਿਸੇ ਯਾਰ ਨੂੰ, ਮੇਰੇ ਇੱਦਾਂ ਦੇ ਵੀ ਯਾਰ ਆ ਵੀ ਜਿਨ੍ਹਾਂ ਨੇ ਮੈਨੂੰ ਰੋਟੀ ਖਿਲਾਉਣ ਦੀ ਖਾਤਰ ਆਪਣੇ ਘਰੋਂ ਚੋਰੀਆਂ ਕੀਤੀਆਂ, ਹੈ ਨਾ, ਅਤੇ ਇੱਦਾਂ ਦੇ ਵੀ ਯਾਰ ਮੇਰੇ ਕੋਲ ਆ। ਮਤਲਬ ਕਿ ਮੈਂ ਇਹ ਚਾਹੁੰਦਾ, ਮੈਂ ਕੋਈ ਵੀ ਯਾਰ ਛੱਡਿਆ ਨਹੀਂ, ਵੀ ਇਸ ਲਈ ਨਹੀਂ ਛੱਡਿਆ ਵੀ ਅੱਜ ਸੋਚੇ ਨਾ ਵੀ ਕੱਲ੍ਹ ਅਸੀਂ ਨਾਲ ਸੀਗੇ, ਜੇ ਚੰਗਾ ਦੇ ਟਾਈਮ ਆਇਆ ਸਾਨੂੰ ਨਾਲ ਨਹੀਂ ਰੱਖਦਾ। ਕਈ ਯਾਰ ਮੇਰੇ ਇੱਦਾਂ ਦੇ ਪਿੰਡ ਦੇ ਆ, 3-4 ਜਿਨ੍ਹਾਂ ਦਾ ਮੈਨੂੰ ਹਰ ਮਹੀਨੇ ਖਰਚਾ ਚੱਕਣਾ ਪੈਂਦਾ, ਕੁਛ ਵਾਅਦੇ ਕੀਤੇ ਵਾ ਪੁਰਾਣੇ। ਆ ਆ ਨਿੰਦਰ ਉਰਿਆ, ਆ ਆ ਬੰਦਾ ਨਾ, ਇਹ ਬੰਦਾ ਆਪਣਾ ਨਾ ਜਾਨ ਤੋਂ ਵੀ ਵੱਧ ਕੇ ਆ, ਹੈਂ। ਅਤੇ ਮਸਲਾ ਇਹ ਹੁੰਦਾ, ਜਿਹੜੇ ਬੰਦਿਆਂ ਨਾਲ ਆਪਾਂ ਚੱਪਲਾਂ 'ਚ ਘੁੰਮੇ ਹਾਂ, ਜਿਹੜੇ ਬੰਦਿਆਂ ਨਾਲ ਆਪਾਂ ਖੇਤਾਂ 'ਚ ਘੁੰਮੇ ਹਾਂ ਨੰਗੇ, ਹੈ ਨਾ, ਜਿਹੜੇ ਬੰਦਿਆਂ ਨਾਲ ਆਪਾਂ ਕੁਲਚਾ ਖਾਣਾ ਹੁੰਦਾ ਸੀ 10 ਰੁਪਈਏ, ਮਤਲਬ ਕਿ 6 ਰੁਪਏ ਦਾ ਕੁਲਚਾ ਹੁੰਦਾ ਸੀ, 1 ਰੁਪਈਆ ਘੱਟ ਜਾਂਦਾ ਸੀ 2000 ਰੁਪਈਆ, ਹੈ ਨਾ। ਅੱਜ ਮੇਰੀ ਔਕਾਤ ਪੀਜੇ ਜੋਗੀ ਹੋ ਗਈ, ਹੈ ਨਾ, ਅਤੇ ਮੈਂ ਕਹਿੰਦਾ ਇਹਨਾਂ ਨੂੰ ਵੀ ਨਾਲ ਲੈ ਕੇ ਚੱਲਾਂ, ਹੈ ਨਾ। ਤੁਸੀਂ ਸਿੱਧੂ ਦਾ ਨਾਂ ਲਿੱਤਾ, ਸਿੱਧੂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮੁਕਾਮ ਹਾਸਲ ਕੀਤਾ, ਉਹ ਕਦੇ ਪਿੰਡੋਂ ਬਾਹਰ ਜਾ ਕੇ ਨਹੀਂ ਰਹੇ। ਤੁਸੀਂ ਤਾਂ ਚਲੋ ਤੁਹਾਡਾ ਇੱਕ ਚੰਗਾ ਨਾਂ ਬਣ ਗਿਆ, ਪਰ ਤੁਸੀਂ ਚੰਡੀਗੜ੍ਹ 'ਚ ਜਾ ਕੇ, ਮੋਹਾਲੀ 'ਚ ਜਾ ਕੇ ਵੱਸ ਗਏ। ਇਹ ਤਾਂ ਭਾਅ ਜੀ ਤੁਸੀਂ ਸੋਹਣਾ ਕੁਐਸਚਨ ਕੀਤਾ, ਉਹਦਾ ਗ੍ਰਾਫ ਵੱਡਾ ਹੋ ਗਿਆ ਸੀ,
ਹੈਨਾ ਮੇਰਾ ਕੋਈ 100 ਮਿਲੀਅਨ ਗਾਣਾ ਚੱਲਦਾ ਮੈਂ ਵੀ ਪਿੰਡ ਆ ਕੇ ਵੱਸ ਜਾਊਂਗਾ, ਪੂਰੀ ਟੀਮ ਆਪਣੀ ਮਿਊਜ਼ਿਕ ਦੀ ਲੈ ਆਊਂਗਾ, ਕਿਉਂਕਿ ਗਾਣੇ 'ਤੇ ਬਹੁਤ ਜ਼ਿਆਦਾ ਖਰਚਾ ਹੁੰਦਾ। ਮੇਰਾ ਗਾਣਾ ਫਲੋਪ ਵੀ ਨਹੀਂ ਹੁੰਦਾ, ਸੁਪਰ ਹਿੱਟ ਵੀ ਨਹੀਂ ਹੁੰਦਾ, ਹਿੱਟ ਹੁੰਦਾ ਗਾਣਾ ਮੇਰਾ। ਇੱਕ ਤਾਂ ਹੁੰਦਾ ਨਾ ਬਹੁਤ ਸੋਹਣਾ ਗਾਣਾ, ਵਾਹ ਜੀ ਵਾਹ ਆਹ ਚੀਜ਼, ਇਹ ਓ ਹੋ ਯਾਰ ਆਹ 1 ਮਿਲੀਅਨ, ਆਹ ਚੀਜ਼ ਨਹੀਂ ਹੋ ਰਹੀ। ਮੈਂ ਅੱਜ ਹਾਲੇ ਤੱਕ ਵਾਲ ਨਹੀਂ ਕਟਾਏ ਉਹਦੇ, ਠੀਕ ਆ, ਇਹ ਉੱਦਣ ਵਾਲ ਕਟਾਉਣੇ ਆ ਜਿੱਦਣ ਮੈਨੂੰ ਮੇਰੀ ਪੋਜੀਸ਼ਨ ਮਿਲੂਗੀ। ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਮੇਰੀਆਂ ਕਿਤਾਬਾਂ ਛਪਿਆ ਕਰਨਗੀਆਂ, ਐਦਾਂ ਹੋਏਗਾ, ਉਹ ਹੋਏਗਾ, ਮੈਂ ਨਾਮ, ਇਸ ਨੂੰ ਅਸੀਂ ਹੰਕਾਰ ਆਖੀਏ ਜਾਂ ਮਾਣ ਆਖੀਏ? ਹੰਕਾਰ ਨਹੀਂ ਭਾਅ ਜੀ, ਇੱਕ ਹਰੇਕ ਬੰਦੇ ਦੀ ਲਾਈਫ ਹੁੰਦੀ ਆ। ਮੇਰੇ ਪਿੰਡ ਵਾਲਿਆਂ ਨੇ ਮੈਨੂੰ ਇੱਥੇ ਚਪਲਾਂ 'ਚ ਘੁੰਮਦਿਆਂ ਨੂੰ ਦੇਖਿਆ, ਇੱਥੇ ਗਲੀਆਂ 'ਚ ਮੈਂ ਤੂੰਬੀਆਂ ਵਜਾਈਆਂ, ਹੈ ਨਾ। ਮੈਂ ਉਹ ਬੰਦਾ ਆ ਜਿਹਦੇ ਯਾਰਾਂ ਨੇ, ਇੱਕ ਨੇ ਜੇਬ 'ਚ ਰੋਟੀ ਚੋਰੀ ਕਰਕੇ ਲਿਆਉਣੀ, ਹੈ ਨਾ, ਖਾਂਦੇ ਖਾਂਦੇ ਜੇਬ 'ਚ ਪਾ ਲੈਣੀ, ਇੱਕ ਨੇ ਸਬਜ਼ੀ ਲੈ ਕੇ ਆਉਣੀ, ਹੈ ਨਾ, ਅਤੇ ਉਹਨਾਂ ਨੇ ਮਤਲਬ ਕਿ ਇੱਦਾਂ ਰੋਟੀ ਖਿਲਾਉਣੀ ਮੇਰੇ ਯਾਰਾਂ ਨੇ 4-5, ਹੈ ਨਾ। ਅਤੇ ਉਹ ਚੀਜ਼ ਹੁੰਦੀ ਆ ਵੀ ਆਪਾਂ ਕਿਸੇ ਨੂੰ ਇੱਦਾਂ ਛੱਡ ਨਹੀਂ ਸਕਦੇ, ਜਿਹੜੇ ਤੁਰੇ ਹੋ ਆ ਨਾਲ ਉਹ ਉਹਨਾਂ ਦੇ ਦਿਲ 'ਚ ਨਾ ਜੇ ਬਹੁਤ ਵਾਅਦੇ ਹੋਏ ਸੀ ਲਾਉਂਗੇ, ਜੇ ਹਿੱਟ ਹੋ ਗਿਆ ਸਾਡਾ ਦੇਖੂੰਗਾ, ਹੈ ਨਾ, ਅਤੇ ਉਹ ਵਾਅਦੇ ਯਾਦ ਆ ਜਾਂਦੇ ਆ ਵੀ ਨਹੀਂ ਯਾਰ ਆਪਾਂ ਨਾਲ ਤੁਰਨਾ। ਮੇਰੇ ਪਿੰਡ ਨੇ ਮੈਨੂੰ ਦੇਖਿਆ ਆ, ਹੈ ਨਾ, ਵੀ ਕਿੱਦਾਂ ਇਹ ਉੱਠਿਆ, ਕਿੱਦਾਂ ਰੋਟੀ ਤੱਕ ਨਹੀਂ ਸੀ ਹਾਲੇ, ਬੰਦਾ ਕਹਿੰਦਾ ਨਾ ਡਾਊਨ ਟੂ ਅਰਥ ਆ, ਮੇਰੇ ਕੋਲ ਰੋਟੀ ਤੱਕ ਖਾਣ ਨੂੰ ਨਹੀਂ ਸੀਗੀ, ਹੈ ਨਾ। ਲੋਕ ਕਹਿੰਦੇ ਮੇਰੇ ਪਿੰਡ ਦੇ ਬੰਦੇ ਕਾਫੀ ਕਹਿ ਦੇਊਗੇ ਨਸ਼ਾ ਕੀਤਾ, ਮੈਂ ਉਹ ਬੰਦਾ ਨਸ਼ਾ ਜ਼ਰੂਰ ਕੀਤਾ ਹੋਊਗਾ, ਪਰ ਕਦੀ ਆਪਣਾ ਘਰ ਵੇਚ ਕੇ ਨਸ਼ਾ ਕਰਕੇ ਕਿਸੇ ਨਾਲ ਲੜੇ ਨਹੀਂ, ਕਿਉਂਕਿ ਮੈਂ ਸਾਧੂ ਨਹੀਂ ਬਣਨਾ ਚਾਹੁੰਦਾ। ਮੈਂ ਅੱਜ ਟੀ ਵੀ 'ਤੇ ਤੁਹਾਨੂੰ ਦੱਸ ਦਿੱਤਾ ਵੀ ਮੈਂ ਕਰਦਾ, ਹੈ ਨਾ, ਜੇ ਮੈਂ ਇੱਥੇ ਝੂਠ ਬੋਲ ਦਿੰਦਾ ਮੈਂ ਨਹੀਂ ਕਰਦਾ, ਕੱਲ੍ਹ ਨੂੰ ਕਿਸੇ ਨੇ ਮੇਰੇ ਹੱਥ ਸਿਗਰਟ ਦੇਖ ਲਈ, ਹੈ ਨਾ, ਅਤੇ ਉਹ ਮੈਨੂੰ ਕਹੂਗਾ ਵੀ ਤੂੰ ਝੂਠਾ ਆ। ਮੈਂ ਕਮੈਂਟਾਂ ਦੇ ਵਿੱਚ ਕਹੀ ਦਿੰਦੇ ਨੇ, ਕਹਿੰਦੇ ਕਿ ਜਿਸ ਤਰ੍ਹਾਂ ਗੋਪੀ ਲੌਂਗੀਆ ਗੱਲ ਕਰ ਰਿਹਾ, ਬੋਲ ਰਹੇ ਨੇ ਕਿ ਨਸ਼ਾ ਕੀਤਾ ਹੋਇਆ, ਨਸ਼ਾ ਕੀਤਾ, ਨਸ਼ਾ ਸਭ ਨੇ ਕੀਤਾ ਆ। ਮੈਂ ਕਹਿੰਦਾ ਇੱਦਾਂ ਦਾ ਰੈਪ ਲਿਖ ਕੇ ਦਿਖਾਓ ਕਿਸੇ 'ਚ ਜ਼ਰੂਰਤ ਵਾ ਦਾ, ਹੈ, ਨਸ਼ਾ ਕਰਕੇ ਤੁਹਾਨੂੰ ਗਾਲਾਂ ਲੋਕਾਂ ਨੂੰ ਕੱਢ ਹੋ ਜਾਂਦੀਆਂ ਹਵਾ 'ਚ ਹੀ, ਨਾਂ ਵੀ ਨਹੀਂ ਲੈਂਦੇ ਤੁਸੀਂ, ਮੈਂ ਇੰਨੀ ਜ਼ਰੂਰਤ ਰੱਖਦਾ ਜਿਹੜਾ ਮੇਰੇ ਟਾਰਗੇਟ 'ਚ ਆਇਆ, ਮੈਂ ਸਾਹਮਣੇ ਨਾਂ ਲੈਂਦਾ ਗਾਣੇ 'ਚ ਲੈਂਦਾ ਨਾ, ਕਦੀ ਮੈਨੂੰ ਕਿਸੇ ਦਾ ਕੋਈ ਡਰ ਨਹੀਂ, ਪਤਾ ਪਟਾਕੇ ਪੈਣੇ ਹੀ ਆ, ਹੈ ਨਾ, ਸਭ ਦੇ, ਅਤੇ ਮੈਂ ਤਾਂ ਜੀਂਦੇ ਨਹੀਂ ਸ਼ਮਸ਼ਾਨ ਬਣਾ ਲਿਆ ਛਾਤੀ 'ਤੇ, ਹੈ ਨਾ, ਸ਼ਮਸ਼ਾਨ ਘਾਟ ਆ, ਬਲਦਾ ਸਿਵਾ ਆ। ਮੈਂ ਪਰਮਾਤਮਾ ਤੋਂ ਇਹ ਮੰਗਦਾ ਹਾਂ ਵੀ ਮੈਂ, ਆਪਾਂ ਗਰੀਬੀ ਬਹੁਤ ਕੱਟੀ ਬਹੁਤ ਕਿਸੇ ਟਾਈਮ, ਵੀ ਮੈਂ ਹੁਣ ਜਿੰਨੀ ਦੇਰ ਜੀਣਾ ਆ ਮੈਂ ਰਾਜ ਕਰਨਾ, ਠੀਕ ਆ, ਭਾਵੇਂ ਘੱਟ ਜ਼ਿੰਦਗੀ ਦੇ, ਮੈਨੂੰ ਰਾਜਾ ਬਣਾ, ਮਤਲਬ ਕਿ ਮੈਂ ਆਮ ਲੋਕ ਨਹੀਂ, ਆ ਜ਼ਿੰਦਗੀ ਲਈ ਮਰ ਗਿਆ, ਉਹ ਜ਼ਿੰਦਗੀ ਲਈ ਮਰ ਗਿਆ। ਮੈਂ ਕਹਿੰਦਾ ਮੇਰੇ ਪਿੰਡ 'ਚ ਮੇਰੇ ਪੁਤਲੇ ਤੱਕ ਲੱਗਣ, ਕਾਹਦੇ ਲਈ, ਜੇ ਮੈਂ ਚੰਗਾ ਕਿਰਦਾਰ ਨਿਭਾਊਂਗਾ, ਠੀਕ ਆ। ਜੰਮੇ ਗਰੀਬ ਆ ਮਰਨਾ ਗਰੀਬ, ਮੈਂ ਮਰਨਾ ਗਰੀਬ, ਜੰਮਣਾ ਪਾਪ ਨਹੀਂ ਹੈਗਾ, ਗਰੀਬ ਮਰਨਾ ਪਾਪ ਆ। ਇੱਕ ਰਾਈਟਰ ਸੀ, ਅੱਜ ਮੈਂ ਤੁਹਾਨੂੰ ਉਦਾਹਰਣ ਦਿੰਦਾ, ਮੈਂ ਉਹਨਾਂ ਦਾ ਨਾਂ ਨਹੀਂ ਲਊਂਗਾ। ਇੱਕ ਰਾਈਟਰ ਸੀਗਾ ਅਤੇ ਉਹ ਸਿਗਰਟ ਪੀਂਦਾ ਸੀ, ਸਕੂਲ ਪਿੰਡ ਦਾ ਸੀਗਾ, ਉਹਨੂੰ ਕੱਢ ਦਿੱਤਾ ਗਿਆ ਇਸ ਕਰਕੇ ਕਿ ਉਹ ਸਮੋਕਿੰਗ ਕਰਦਾ, ਕੱਢ ਦਿੱਤਾ। ਕੁਛ ਟਾਈਮ ਬਾਅਦ ਉਹ ਐਡਾ ਸ਼ਾਇਰ ਬਣਿਆ, ਐਡਾ ਰਾਈਟਰ ਬਣਿਆ, ਅਤੇ ਉਹ ਸਕੂਲ ਵੱਲੋਂ ਅਵਾਰਡ ਮਿਲਣਾ ਸੀਗਾ, ਅਤੇ ਉਹ ਸਕੂਲ ਨੇ ਸੱਦਿਆ ਵੀ ਸਾਡੇ ਪੜ੍ਹਿਆ ਇਹ 10 ਕਲਾਸਾਂ, ਉੱਥੇ ਅਵਾਰਡ ਸੱਦਿਆ, ਅਤੇ ਉਹ ਸਟੇਜ 'ਤੇ ਖੜ੍ਹਾ ਸੀ, ਉਹਨੂੰ ਸਿਗਰਟ ਫੜੀ ਸੀ, ਪਹਿਲਾਂ ਉਹਦੇ ਨਹੀਂ ਸਿਗਰਟ ਵਾਲੀ। ਮੈਂ ਨਸ਼ੇ ਨੂੰ ਪ੍ਰਮੋਟ ਨਹੀਂ ਕਰਦਾ, ਮੈਂ ਗੁਣ ਅਤੇ ਕੋ ਗੁਣ ਦੀ ਗੱਲ ਕਰਦਾ। ਉਹਨੂੰ ਆ ਕੇ ਸਿਗਰਟ ਵਾਲੀ, 2 ਸਕੂਲ ਸੀ, ਦੋਨੇ ਸਕੂਲ ਇੱਕ ਸਕੂਲ ਦੇ ਵਿੱਚ ਆਏ ਈਵੈਂਟ ਦੇ ਵਿੱਚ ਅਵਾਰਡ ਦੇਣ ਲਈ। ਜਦੋਂ ਸਟੇਜ 'ਤੇ ਆਇਆ ਉਹਨੇ ਸਿਗਰਟ ਵਾਲੀ, ਅਤੇ ਜਿਸ ਪ੍ਰਿੰਸੀਪਲ ਨੇ ਉਹਨੂੰ ਕੱਢਿਆ ਸੀ ਉਹਦੇ ਹੱਥ 'ਚ ਐਕਸਟਰੇ ਸੀਗਾ, ਉਹਨੂੰ ਕਿਹਾ ਵੀ ਮਤਲਬ ਕਿ ਸਿਗਰਟ, ਉਹਨੂੰ ਕਹਿੰਦੇ ਵੀ ਇੱਥੇ ਸਿਗਰਟ ਨਾ ਝਾੜਿਓ, ਉਹ ਕਹਿੰਦਾ ਵੀ ਐਕਸਟਰੇ ਚੱਕੋ, ਐਕਸਟਰੇ ਨਹੀਂ ਸੀ ਕੌਲੀ ਫੜਾਈ ਉਹਨੇ ਵੀ ਇੱਦਾਂ ਚੱਕੋ। ਜਦੋਂ ਉਹਦੇ ਹੱਥ 'ਚ ਸਿਗਰਟ ਜਿੰਨ ਕੱਢਿਆ ਸੀ ਝਾੜੀ, ਉਹਨੇ ਇੱਦਾਂ ਗੁੱਟ ਫੜ ਲਿਆ, ਕਹਿੰਦਾ ਸਰ
ਫਿਰ ਕੀ ਕਹਿੰਦਾ, ਫਿਰ ਕਹਿੰਦੇ ਅਵਾਰਡ ਦੇਣ ਦੀ ਵਾਰੀ ਆ ਗਈ, ਕਹਿੰਦੇ ਅਵਾਰਡ ਦਿਓ ਸਕੂਲ 'ਚੋਂ, ਜਿੱਦਾਂ ਮੈਂ ਆਹ ਸਕੂਲ 'ਚੋਂ ਪੜ੍ਹ ਕੇ ਟੋਪ ਕੀਤਾ ਹੋਵੇ ਸਕੂਲ ਨੂੰ ਅਵਾਰਡ ਮਿਲਦਾ, ਤੁਹਾਡਾ ਬੱਚਾ ਇੰਨਾ ਪੜ੍ਹਿਆ। ਅਤੇ ਕੀ ਹੁੰਦਾ ਵੀ ਉਹਨੂੰ ਅਵਾਰਡ, ਕਹਿੰਦੇ ਦੱਸੋ ਬਈ ਤਾਂ ਆਹ ਸਕੂਲ ਨੂੰ ਅਵਾਰਡ ਦੇਣਾ, ਕਹਿੰਦਾ ਨਾ ਇਹ ਸਕੂਲ ਨੂੰ ਅਵਾਰਡ ਨਹੀਂ ਦੇਣਾ, ਜਿੱਥੇ ਮੈਂ 10 ਕਲਾਸਾਂ ਕੀਤੀਆਂ ਇਹਨਾਂ ਨੂੰ ਅਵਾਰਡ ਨਹੀਂ ਦੇਣਾ, ਜਿੱਥੇ ਮੈਂ 4 ਕਲਾਸਾਂ ਕਰਕੇ ਆਇਆ ਉਸ ਸਕੂਲ ਨੂੰ ਮੇਰਾ ਪਤਾ ਸੀ ਮੈਂ ਸਿਗਰਟ ਮੇਰੇ 'ਚ ਕੋ ਗੁਣ ਵਾਂ, ਪਰ ਉਸ ਸਕੂਲ ਨੇ ਮੈਨੂੰ ਕੱਢਿਆ ਨਹੀਂ, ਮੇਰੇ ਗੁਣ ਵੀ ਦੇਖੇ ਤੁਸੀਂ ਮੈਨੂੰ, ਮਤਲਬ ਕਿ ਮੇਰੇ ਕੋ ਮੇਰਾ ਕੋ ਗੁਣ ਦੇਖ ਲਿਆ। ਮੈਂ ਚੋਰੀ ਚੋਰੀ ਉਹ ਪੀਂਦਾ ਸੀ, ਮੈਂ ਮਰੀਜ਼ ਸੀ, ਪੇਸ਼ੈਂਟ ਸੀ, ਉਹ ਪੇਸ਼ੈਂਟ ਹੁੰਦਾ, ਠੀਕ ਆ, ਅਤੇ ਤੁਸੀਂ ਮੇਰਾ ਕੋ ਗੁਣ ਨਹੀਂ ਦੇਖਿਆ, ਗੁਣ ਦੇਖਿਆ, ਸੱਚ ਕੋ ਗੁਣ ਦੇਖਿਆ, ਗੁਣ ਨਹੀਂ ਦੇਖਿਆ, ਕੱਢ ਦਿੱਤਾ। ਉਹ ਕਹਿੰਦਾ ਇਹ ਸਕੂਲ ਨੂੰ ਅਵਾਰਡ ਨਹੀਂ ਮਿਲਣਾ ਚਾਹੀਦਾ, ਠੀਕ ਆ, ਅਤੇ ਸਕੂਲ ਨੂੰ ਉਸ ਨੂੰ ਅਵਾਰਡ ਦੇ ਮਿਲਣਾ ਚਾਹੀਦਾ ਜਿਹਨਾਂ ਨੇ ਮੇਰੀਆਂ 3 ਕਲਾਸਾਂ ਇੱਥੇ ਕਰਾਈਆਂ। ਉਹਨਾਂ ਨੂੰ ਪਤਾ ਵੀ ਸੀਗਾ, ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਨਹੀਂ ਕੱਢਿਆ। ਮੇਰਾ ਇਹ ਕਹਿਣ ਦਾ ਮਤਲਬ, ਬੰਦਾ ਆ, ਇਨਸਾਨ ਆ, ਜੇ ਉਹਦੇ 'ਚ ਸਾਰੀਆਂ ਗੱਲਾਂ ਚੰਗੀਆਂ ਹੋ ਗਈਆਂ ਉਹ ਤਾਂ ਪਰਮਾਤਮਾ ਬਣ ਗਿਆ, ਹੈ ਨਾ, ਰੱਬ ਬਣ ਗਿਆ ਜਾਂ ਫੱਕਰ ਬਣ ਗਿਆ, ਅਸੀਂ ਉਹ ਨਹੀਂ। ਸਾਡੇ 'ਚ ਕੋ ਗੁਣ ਵੀ ਹੈਗੇ ਆ ਮੈਂ ਮੰਨਦਾ, ਪਰ ਸਾਡੇ ਗੁਣ ਵੀ ਨੋਟ ਕੀਤੇ ਜਾਣ। ਸੱਚ ਬੋਲਣ ਦੀ ਹੈ ਕਿ ਲੋਕ ਲੁਕਾ ਵੀ ਲੈਂਦੇ ਨੇ ਕਿ ਅਸੀਂ ਨਸ਼ਾ ਕਰਦੇ ਹਾਂ, ਪਰ ਲੋਕ ਲੁਕਾ ਵੀ ਲੈਂਦੇ ਆ, ਪਰ ਤੁਸੀਂ ਹਮੇਸ਼ਾ ਸੱਚ ਬੋਲਿਆ, ਕਹਿੰਦੇ ਕਰਦੇ ਹਾਂ, ਪਰ ਸਾਡੇ 'ਚ ਮਾੜਾ ਕੋਈ ਇੱਦਾਂ ਦਾ ਨਹੀਂ, ਕਿਸੇ ਨੂੰ ਲਾਉਂਦੇ ਹਾਂ, ਆਪਣਾ ਕਰਦੇ ਹਾਂ। ਅੱਛਾ, ਤੁਸੀਂ ਉਸ ਦੌਰ ਦੀ ਗੱਲ ਕੀਤੀ, ਅੱਖਾਂ ਦੇ ਵਿੱਚ ਨਮੀ ਸੀ ਤੁਹਾਡੇ, ਕਿ ਜਿਸ ਟਾਈਮ ਅਸੀਂ ਮੰਮੀ ਹੈ ਨਹੀਂ ਸੀ, ਜਿੱਦਾਂ ਕਿ ਜਨਮ ਤੋਂ ਬਾਅਦ ਤੁਹਾਡੇ ਮੰਮੀ ਜੀ ਚਲੇ ਗਏ, ਕਿੱਦਾਂ ਦਾ ਲੱਗਦਾ ਜਿਸ ਟਾਈਮ ਮਾਂ ਨੂੰ ਯਾਦ ਕਰਦੇ ਹਾਂ, ਅਤੇ ਜਿਸ ਤਰ੍ਹਾਂ ਗਲੀਆਂ ਦੇ ਵਿੱਚ ਘੁੰਮ ਕੇ ਰੋਟੀ ਦੀ ਤੁਸੀਂ ਗੱਲ ਕੀਤੀ ਹੈ, ਕਿੱਦਾਂ ਦਾ ਦਿਲ ਉਹ ਹੁੰਦਾ ਜਿਸ ਟਾਈਮ ਅਸੀਂ ਆਪਣੀ ਮਾਂ ਨੂੰ ਯਾਦ ਕਰਦੇ, ਅਤੇ ਕਿੱਦਾਂ ਦਾ ਜਿਸ ਟਾਈਮ ਪਲੇ ਹੋ ਗਲੀਆਂ 'ਚ? ਮੈਂ ਨਾ, ਮੇਰੀ ਮਦਰ 3 ਮਹੀਨਿਆਂ ਬਾਅਦ ਡੈਥ ਹੋ ਗਈ ਸੀ, ਠੀਕ ਆ। ਮੈਂ ਆਪਣੀ ਮਾਂ ਦੀ, ਮੈਨੂੰ ਫੋਟੋ ਤੱਕ ਨਹੀਂ ਦਿਖਾਈ, ਮੈਂ ਫੋਟੋ ਤੱਕ ਨਹੀਂ ਦੇਖੀ ਮੇਰੀ ਮਾਂ ਕਿੱਦਾਂ ਦੀ, ਮੇਰਾ ਚਿਹਰਾ ਉਹਦਾ ਕਿੱਦਾਂ, ਇੱਕ ਫੋਟੋ ਵੀ ਹੈ ਨਹੀਂ ਘਰ। ਅਸੀਂ 40 ਕਿੱਲੇ ਦੇ ਮਾਲਕ ਸੀਗੇ, ਸਾਡੇ 40 ਖੇਤ ਸੀ, ਮੇਰੇ ਪਿਓ ਨੂੰ ਪੁੱਛਣਾ। ਤੁਹਾਡੇ ਡੈਡੀ ਜੀ ਤਾਂ ਕਹਿੰਦੇ ਸੀ ਕਿ 3 ਸਾਲ ਬਾਅਦ ਉਹਨਾਂ ਦੀ ਡੈਥ ਹੋਈ ਹੈ, ਤੁਸੀਂ 6 ਮਹੀਨੇ ਬਾਅਦ ਕਹਿ ਰਹੇ ਹੋ? 3 ਸਾਲ ਨਹੀਂ, 3 ਖਰੇ ਮਹੀਨੇ ਬਾਅਦ, ਮਤਲਬ ਕਿ 3 ਸਾਲ ਹੋ ਗਿਆ ਚਾਹੇ 3 ਮਹੀਨੇ, 3 ਸਾਲ ਦੇ ਬੱਚੇ ਨੂੰ ਵੀ ਨਹੀਂ ਹੋਸ਼ ਹੁੰਦੀ ਵੀ ਮੇਰੀ ਮਾਂ ਇੱਦਾਂ ਦੀ ਆ, ਇੰਨਾ ਕਿ ਮੈਨੂੰ ਯਾਦ ਨਹੀਂ, ਡੈਡੀ ਨੇ ਸਹੀ ਦੱਸਿਆ ਹੋਣਾ ਮੈਨੂੰ ਇਹਦੇ ਬਾਰੇ, ਨਹੀਂ ਡੈਡੀ ਦੇ ਸਹੀ ਕੀ ਕਹਿੰਦੇ ਡੈਡੀ? 3 ਸਾਲ ਬਾਅਦ, ਹਾਂ 3 ਸਾਲ ਬਾਅਦ, ਮੈਂ ਸੋਰੀ 3 ਮਹੀਨੇ ਕਹਿਤਾ, ਮਤਲਬ ਕਿ 3 ਸਾਲ 3 ਮਹੀਨੇ ਬੱਚੇ ਤਾਂ ਵੀ ਨਹੀਂ ਦੇਖ ਸਕਦਾ ਮਾਂ ਨੂੰ ਬੱਚਾ, ਉਸ ਵੇਲੇ ਬੱਚਾ ਰੁੜਦਾ ਹੀ ਹੁੰਦਾ। ਅਤੇ ਮਤਲਬ ਕਿ ਮਾਂ ਮੈਂ ਦੇਖੀ ਨਹੀਂ, ਡੈਡੀ ਜਿਹੜੇ ਸੀਗੇ ਉਹ ਗੱਡੀ 'ਤੇ ਰਹੇ, ਕਿਸੇ ਨੇ ਨਾ ਚੀਟਿੰਗ ਕਰਕੇ ਉਹਨਾਂ ਨੂੰ 8 ਸਾਲ ਵਾਸਤੇ ਹਾਇਰ ਕਰ ਲਿਆ, ਡੈਡੀ ਉੱਥੇ ਚਲ ਗਿਆ, ਇੱਥੇ ਮੈਨੂੰ ਰੋਟੀ ਨੂੰ ਕੁਛ ਨਹੀਂ ਸੀਗਾ। ਫਿਰ ਮੇਰੇ ਯਾਰਾਂ ਨੇ, ਤਾਂ ਹੀ ਕਹਿੰਦਾ ਫਿਰ ਮੇਰੇ ਫਿਲਮ ਬਣਨੀ ਇੱਕ ਟਾਈਮ, ਮੇਰੇ ਯਾਰਾਂ ਨੇ, ਕਿਸੇ ਨੇ ਇੱਕ ਰੋਟੀ ਘਰੋਂ ਰੋਟੀ ਖਾਂਦੇ ਚੋਰੀ ਕਰ ਲੈਣੀ, ਮੰਮੀ ਨੇ ਕਹਿਣਾ ਤੂੰ ਇੰਨੀਆਂ ਤਾਂ 6 ਰੋਟੀਆਂ ਖਾਂਦਾ ਨਹੀਂ, ਖਾਧੀ ਸਾਲੇ ਨੇ 3 ਹੋਣੀਆਂ, 3 ਮੇਲੇ ਲੁਕੋ ਕੇ ਰੱਖੀਆਂ ਹੋਣੀਆਂ, ਹੈਂ, ਕਿਸੇ ਨੇ ਸਬਜ਼ੀ ਲਿਆਉਣੀ, ਇੱਦਾਂ ਦੇ ਵੀ ਯਾਰ ਆ ਪਾਗਲ। ਇੱਕ ਦਿਨ ਕਿਹਾ ਉਹਨੂੰ ਵੀ ਇੱਕ ਜਣਾ ਸੁੱਕੀ ਸਬਜ਼ੀ ਲੈ ਆਇਆ ਜੇਬ 'ਚ ਪਾ ਕੇ, ਦੂਜੇ ਦਿਨ ਦੂਸਰਾ ਜਿਹੜਾ ਯਾਰ ਸੀਗਾ ਸਦਾਈ ਦਾਲ ਪਾ ਕੇ ਲੈ ਆਇਆ, ਜਦੋਂ ਦਾਲ ਉਹਨੇ ਕੱਢੀ ਤਾਂ ਇੱਦਾਂ ਜਿੱਦਾਂ ਪੋਟੀ ਨਹੀਂ ਹੋਈ ਹੁੰਦੀ, ਪਿਸਾਇਆ ਉਹ ਸੁੱਕੀ ਦਾਲ ਸੀ, ਸੁੱਕੀ ਸਬਜ਼ੀ ਸੀ ਤਾਂ ਲਿਫਾਫੇ 'ਚ ਪਾ ਲਈ ਸੀ। ਅਤੇ ਇੱਦਾਂ ਦੇ ਯਾਰ ਮੇਰੇ ਤਾਂ, ਮੇਰੇ ਯਾਰਾਂ ਦਾ ਹੈ ਆਸਾਨ ਜਿਹੜਾ ਮੈਂ ਕਦੀ ਚੁਕਾ ਨਹੀਂ ਸਕਦਾ, ਹੈ ਨਾ। ਜਿਹੜੇ ਪਿੰਡ ਵਾਲੇ ਮਾੜਾ ਕਹਿੰਦੇ ਸੀ ਕਿ ਇੱਦਾਂ ਹੈ ਗੋਪੀ, ਉੱਦਾਂ ਹੈ ਗੋਪੀ, ਅੱਜ ਕੀ ਕਹਿੰਦੇ ਨੇ? ਫਿਰ ਪਿੰਡ ਵਾਲੇ ਉਹ ਵੀ ਆਪਣੀ ਜਗ੍ਹਾ 'ਤੇ ਸਹੀ ਸੀ, ਉਹ ਹੈ ਨਾ, ਜਦ ਉਹ ਸਹੀ ਸੀ ਮੈਂ ਕਹਿੰਦਾ, ਹੈ ਨਾ, ਵੀ ਜੇ ਮੈਨੂੰ ਮਾੜਾ ਕਹਿੰਦੇ ਹੋਊਗੇ, ਪਰ ਮੈਨੂੰ ਉਮੀਦ ਆ ਵੀ ਮੈਂ ਦਿਲ ਜਿੱਤਣਾ, ਅੱਜ ਦੀ ਡੇਟ 'ਚ ਮੈਨੂੰ ਮਾੜਾ ਨਹੀਂ ਕਹਿੰਦੇ ਹੋਊਗੇ, ਹੈ ਨਾ। ਅੱਜ ਦੀ ਡੇਟ 'ਚ ਮੇਰੇ ਨਾਲ ਉਹ ਜ਼ਰੂਰ ਪਿਆਰ ਕਰਦਾ ਹੋਊਗਾ ਮੇਰਾ, ਹਰੇਕ ਪਿੰਡ, ਹਰੇਕ ਮਾਂ, ਹੈ ਨਾ।
ਜਦੋਂ ਮੈਂ ਤੁਹਾਨੂੰ ਕਿਹਾ ਵੀ ਹੈ ਨਾ, ਕਹਿੰਦਾ ਇੱਕ ਦਿਨ ਐਸਾ ਆਊਗਾ ਜਦੋਂ ਲੈਜੈਂਟ ਯਾਰ ਕਹਾਊਗਾ, ਮੁਰਾਦਪੁਰ ਨਾਂ ਦਾ ਪਿੰਡ ਮੇਰਾ ਮੇਰੇ ਨਾਂ 'ਤੇ ਜਾਣਿਆ ਜਾਊਗਾ। ਇੱਕ ਦਿਨ ਸੱਚੀ ਐਸਾ ਆਊਗਾ ਵੀ ਜਦੋਂ ਮੁਰਾਦਪੁਰ ਦਾ ਨਾਂ ਆਇਆ ਹੋਰ, ਉਹ ਯਾਰ ਗੋਪੀ ਲਾਉਂਗੀ ਇਹਦਾ ਪਿੰਡ। ਹਾਂ ਹੋ ਗਈ ਮਾਰਤੀ ਗੋਲੀ, ਹੈ ਨਾ, ਉਹ ਸ਼ੂਟਿੰਗ ਚੱਲਦੀ ਉੱਧਰ। ਅਤੇ ਮੈਨੂੰ ਮੇਰਾ ਪਿੰਡ ਸਭ ਤੋਂ ਪਿਆਰਾ, ਮੈਂ ਚਾਹੁੰਦਾ ਵੀ ਮੈਨੂੰ ਇੱਦਾਂ ਦੀ ਪੋਜੀਸ਼ਨ ਮਿਲੇ ਵੀ ਮੈਂ ਜਿੰਨੀਆਂ ਵੀ ਮੇਰੇ ਪਿੰਡ ਦੀਆਂ ਧੀਆਂ ਆ ਅਤੇ ਮੈਂ ਉਹਨਾਂ ਦੇ ਵਿਆਹ 'ਤੇ ਵੱਧ ਤੋਂ ਵੱਧ ਸਹਿਯੋਗ ਦੇਵਾਂ। ਵੀ ਮੈਨੂੰ ਸਭ ਤੋਂ ਜ਼ਿਆਦਾ ਪਿਆਰ, ਮੈਨੂੰ ਕਈ ਕੰਪਨੀਆਂ ਇੱਦਾਂ ਦੀਆਂ ਆ ਜਿਹੜੀ ਸਿੱਖੀ ਕਰਕੇ ਮੇਰੇ ਤੋਂ ਟੁੱਟ ਗਈਆਂ। ਸਿੰਗਲ ਏਅਰ ਓੜੇ ਨਾ ਲੈ ਤਾ, ਕੋਈ ਡਰ ਨਹੀਂ ਹੋ, ਜਿੱਦਾਂ ਸਿੰਗਲ ਏਅਰ ਓੜੇ, ਜਿੱਦਾਂ ਥੋੜ੍ਹੇ ਆਪਾਂ ਧਰਮ ਜਿਹਾ ਲੈ ਕੇ, ਹਿੰਦੂ ਸਿੱਖ ਤਾਂ ਇੱਕੋ ਆ ਭਰਾ ਆ, ਕੋਈ ਪਤਾ ਨਹੀਂ। ਮੇਰੇ ਨਾਲ ਹੁਣ ਚਾਰ ਯਾਰ ਹੋਣੇ ਆ ਨਾ, ਹੈਂ ਹੀ ਲਾ ਲਓ ਜੱਟ ਲਾ ਲਓ, ਹੈ ਨਾ, ਜੱਟ ਚੂੜੇ ਚਮਾਰ ਇਹ ਸਾਰੇ ਹੀ ਮੇਰੇ ਯਾਰ, ਸਮਝੇ, ਇਹ ਸਾਰੇ ਹੀ ਮੇਰੇ ਯਾਰ ਅਤੇ ਇਹ ਮੇਰੇ ਸਾਰੇ ਹੀ ਨੇ ਮੇਰੇ ਨਾਲ, ਇੱਥੇ ਜਾਤ ਦੀ ਕੋਈ ਇੱਦਾਂ ਦੀ ਗੱਲ ਨਹੀਂ। ਕਹਿੰਦਾ ਹਿੰਦੂ ਸਿੱਖ ਕੀ ਈਸਾਈ ਇਹ ਸਾਰੇ ਹੀ ਮੇਰੇ ਬਾਈ, ਹੈ ਨਾ, ਅਤੇ ਮਤਲਬ ਕਿ ਸਾਰੇ ਧਰਮਾਂ ਨੂੰ ਇਹਦੇ ਵਿੱਚ ਆਪਾਂ ਸਾਰਿਆਂ ਨੂੰ ਪਿਆਰ ਕਰਦੇ ਹਾਂ, ਕੋਈ ਵੱਖ ਨਹੀਂ ਹੈਗਾ, ਠੀਕ ਹੈ ਨਾ। ਅਤੇ ਤੁਹਾਨੂੰ ਦੱਸਿਆ ਮੇਰੇ ਯਾਰ ਸਾਰੇ ਹੀ ਆ ਤੁਹਾਨੂੰ, ਹੈ ਨਾ, ਜੱਟ ਚਮਾਰ, ਹੈ ਨਾ, ਰਵੀਦਾਸੀ ਹੈ ਕਹਿ ਲਓ, ਉਹ ਕੋਈ ਇੱਦਾਂ ਗੁੱਸਾ ਨਹੀਂ ਕਰਦਾ, ਮੈਨੂੰ ਪਿਆਰ ਕਰਦੇ ਆ, ਇੱਦਾਂ ਦੀ ਨਹੀਂ ਗੱਲ। ਜਿੱਦਾਂ ਜੱਟ ਆ, ਜਿੱਦਾਂ ਜੱਟ ਅਣਖ ਨਾਲ ਨਾਂ ਲਿਆ ਜਾਂਦਾ ਜੱਟ, ਇੱਦਾਂ ਜੇ ਚਮਾਰ ਆ, ਚਮਾਰ ਦਾ ਵੀ ਅਣਖ ਨਾਲ ਨਾਂ ਲਿਆ ਜਾਂਦਾ। ਬਹੁਤ ਵੱਡੀ ਦੇਣ ਆ ਉਹਨਾਂ ਦੀ, ਇਹ ਨਹੀਂ ਹੈਗੀ, ਉਹਨਾਂ ਦੀ ਬਹੁਤ ਵੱਡੀ ਦੇਣ ਆ ਸਾਡੀ ਕੌਮ ਨੂੰ। ਹਾਂ ਇਹ ਨਹੀਂ ਗੱਲ ਹੈਗੀ, ਉਹਨੂੰ ਕਈ ਕਈ ਅੱਜ ਕੱਲ੍ਹ ਤਾਂ ਨਾਮ ਲੈਂਦੇ ਨੇ ਜਾਤ ਦਾ, ਜਿੱਦਾਂ ਰਾਕਾਂ ਨੇ ਵੀ ਲਿਆ ਸੀ ਕਿ ਮੈਂ ਜਾਤ ਦਾ ਜਮਾਰ, ਹਾਲਾਂਕਿ ਬਹੁਤ ਗੱਲਾਂ ਇੱਦਾਂ, ਪਰ ਕਈਆਂ ਨੇ ਕਿਹਾ ਕਹਿੰਦੇ ਕਿ ਚਲੋ ਆਪਣੇ। ਹਾਂ ਇੱਕ ਇਹ ਗਲਤ ਬੰਦੇ ਕੋਲ ਜਿਹੜੇ ਵੋਟਾਂ ਨੂੰ ਨਾ ਕਰਦੇ ਉਹ ਲੜਾਉਂਦੇ ਆ, ਇੱਦਾਂ ਗੱਲ ਚੱਕ ਲੈਂਦੇ ਆ। ਹੁਣ ਸਾਰਿਆਂ ਨੇ ਇੱਦਾਂ ਹੀ ਕਿਹਾ ਆ ਵੀ ਮੈਂ ਜੋ ਡੀ ਸੀ ਲੱਗਣ ਵਾਲਾ ਨਹੀਂ ਪੁੱਤ ਚਮਾਰਾਂ ਦਾ, ਕੋਈ ਹੈ ਨਾ ਇੱਦਾਂ ਦੀ ਕੋਈ ਗੱਲ ਨਹੀਂ, ਇੱਕੋ ਹੀ ਅਣਖ ਪੂਰੀ ਆ, ਸਾਰੇ ਭਰਾ ਆ ਆਪਣੇ, ਇਨਸਾਨ ਆ ਅਸੀਂ ਯਾਰ, ਥੋੜ੍ਹੀ ਜ਼ਿੰਦਗੀ ਕੀ ਪਤਾ ਕਿੰਨੀ ਮਿਲੀ ਆ, ਹੈ ਨਾ। ਧੰਨਵਾਦ ਗੋਪੀ ਵੀਰੇ, ਆਪਾਂ ਪਿੰਡ ਆਏ ਹੋਏ ਹਾਂ, ਸੋ ਬਹੁਤ ਵਧੀਆ ਗੱਲ ਹੋਈ, ਸੋ ਆਪਾਂ ਗੱਲਬਾਤ ਕਰਦੇ ਰਹਾਂਗੇ ਤੁਹਾਡੇ ਨਾਲ ਵੀ, ਸੋ ਟੀਮ ਨਾਲ ਵੀ ਗੱਲਬਾਤ ਕਰਦੇ ਹਾਂ, ਸੋ ਬਹੁਤ ਵਧੀਆ ਲੱਗ ਰਿਹਾ। ਸੋ ਤੁਸੀਂ ਇਹਦੇ ਨਾਲ ਕਰੋ ਚਾਰ ਗੱਲਾਂ, ਸੋ ਗੱਲਬਾਤ ਵੀਰ ਥੋੜ੍ਹਾ ਸੰਗ ਦਾ, ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਛਾ, ਸੋ ਕੀ ਕਹਿਣਾ ਚਾਹੋਗੇ ਫਿਰ, ਕਿ ਗੀਤ ਦਾ ਸ਼ੂਟ ਚੱਲ ਰਿਹਾ ਔਰ ਗੋਪੀ ਵੀਰਾ ਜਿੱਦਾਂ ਤੁਹਾਡੀ ਬੋਡੀ ਸਰਾਹਨਾ ਕਰ ਰਹੇ ਸੀ ਕਿ ਉਹ ਯਾਰ ਨੇ, ਜਿੱਦਾਂ ਜਿਗਰੀ ਯਾਰਾਂ ਦੀ ਗੱਲ ਕਰ। ਹਾਂਜੀ ਹਾਂਜੀ, ਸਾਡਾ ਪਿਆਰ ਸ਼ੁਰੂ ਤੋਂ ਹੀ ਬਹੁਤ ਆ, ਅਸੀਂ ਇਕੱਠੇ ਰਹੇ ਹਾਂ ਅਤੇ ਗਾਣੇ ਦੀ ਸ਼ੂਟਿੰਗ ਚੱਲਦੀ ਪਈ, ਵਧੀਆ ਚੱਲਦਾ ਪਿਆ ਪ੍ਰੋਗਰਾਮ, ਵਧੀਆ ਗੋਪੀ ਤਰੱਕੀ ਕਰੇ, ਜਿੰਨੀ ਵੀ ਤਰੱਕੀ ਕਰੂਗਾ ਉਨੀ ਪਿੰਡ ਦੀ ਸਪੋਰਟ ਕਰੂਗਾ, ਬਾਕੀ ਕੁੜੀਆਂ ਦੇ ਵਿਆਹ ਵਿਊਹ ਦੇ ਵੀ ਕਰਦਾ ਵੀ ਹੈਗਾ, ਗਾਂਹ ਕਰਦਾ ਵੀ ਰਹੂਗਾ, ਬਸ ਰੱਬ ਇਹਨੂੰ ਤਰੱਕੀ ਦੇਵੇ। ਕਿੰਨਾ ਕੁ ਮਾਣ ਮਹਿਸੂਸ ਹੁੰਦਾ ਫਿਰ? ਬਹੁਤ ਬਹੁਤ ਮਾਣ ਆ ਜੀ, ਸਾਡੇ ਪਿੰਡ ਦਾ ਨਾਂ ਰੋਸ਼ਨ ਕਰਤਾ ਜੀ, ਨਾ ਲਾਉਂਗੀਆਂ ਗੋਤ ਆਪਣੀਆਂ ਨੇ ਆਪਣੀ ਕਰਤੀ ਰੋਸ਼ਨ, ਬਹੁਤ ਮਾਣ ਆ ਜੀ। ਥੈਂਕ ਯੂ।